ਗਵਾਂਢੀ ਮੁਲਕ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਜਿਸ ਦੇ ਚਲਦਿਆਂ ਪਾਕਿਸਤਾਨ ਦੇ ਵੱਲੋਂ ਆਏ ਦਿਨ ਨਸ਼ੇ ਦੀ ਖੇਪ ਭਾਰਤ ਦੀ ਸੀਮਾ ਦੇ ਵਿੱਚ ਭੇਜੀ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਕਰਨ ਵਾਲੇ ਤਸਕਰ ਭਾਵੇਂ ਪੁਲਿਸ ਅਤੇ BSF ਦੇ ਵੱਲੋਂ ਫੜੇ ਜਾ ਰਹੇ ਨੇ, ਪਰ ਬਾਵਜੂਦ ਇਸ ਦੇ ਨਸ਼ਾ ਤਸਕਰ ਨਸ਼ੇ ਦੇ ਜ਼ਹਿਰ ਨੂੰ ਵੇਚਣ ਅਤੇ ਸਪਲਾਈ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਸੇ ਤਰ੍ਹਾਂ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵੀ ਇੱਕ ਵਾਰ ਫੇਰ ਤੋਂ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ BSF ਅਤੇ STF ਦੇ ਵੱਲੋਂ ਇੱਕ ਸਾਂਝੀ ਕਾਰਵਾਈ ਦੇ ਦੌਰਾਨ ਭਾਰਤ ਪਾਕ ਸਰਹੱਦ ਦੇ ਉੱਤੇ 13 ਕਰੋੜ ਮੁੱਲ ਦੀ ਹੈਰੋਇਨ ਫੜਨ ਦਾ ਦਾਅਵਾ ਕੀਤਾ ਜਾ ਰਿਹਾ, ਜਿਸ ਦੇ ਨਾਲ ਕਿ 50 ਜ਼ਿੰਦਾ ਕਾਰਤੂਸ ਅਤੇ ਇੱਕ ਭਾਰਤੀ ਨਸ਼ਾ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਮੇਤ ਪੁਲਿਸ ਪਾਰਟੀ 2 ਕਿਲੋ 800 ਗ੍ਰਾਮ ਹੈਰੋਇਨ ਤੇ 50 ਰਾਉਂਡ 30 ਬੋਰ ਦੇ ਜਿੰਦਾ ਬਰਾਮਦ ਕੀਤਾ। ਕੋਈ ਤੁਹਾਨੂੰ ਬੰਦਾ ਵੀ ਫੜਿਆ ਗਿਆ, ਕਿੱਥੋਂ ਫੜੀ ਗਈ ਹੈ ਜੀ, ਕਿਹੜੀ ਜਗ੍ਹਾ ਤੋਂ? ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਗਿਆ ਉਹ ਗ੍ਰਿਫਤਾਰ ਕੀਤਾ ਗਿਆ, ਉਹਦੀ ਨਿਸ਼ਾਨਦੇਹੀ ਤੇ ਬਾਰਡਰ ਪਾਰ ਮੌਕੇ ਤੇ ਜਾ ਕੇ ਉਹਨੇ ਬਰਾਮਦਗੀ ਕਰਾਈ। ਕੌਣ ਹੈ ਦੋਸ਼ੀ, ਕਿੱਥੋਂ ਹੈ? ਦੋਸ਼ੀ ਦਾ ਨਾਂ ਹੈ ਬਲਦੇਵ ਸਿੰਘ ਉਰਫ ਦੇਬੂ, ਪੁੱਤਰ ਭਗਵਾਨ ਸਿੰਘ, ਕੌਮ ਰਾਏ ਸਿੰਘ ਵਾਸੀ ਨਿਆਜੇਵਾਲ, ਥਾਣਾ ਸਦਰ ਫਿਰੋਜ਼ਪੁਰ। ਇਹਦੇ ਪਹਿਲਾਂ ਵੀ ਮੁਕੱਦਮੇ ਦਰਜ ਨੇ, ਇੱਕ 25 ਕਿਲੋ ਦਾ ਮੁਕੱਦਮਾ ਦਰਜ ਹੈ ਜਿਹਦੇ ਚ ਇਹ 3 ਸਾਲ ਸਜ਼ਾ ਹੋਇਆ। ਇਹਦੇ ਬਾਰੇ ਤਸਦੀਕ ਕਰਨ ਵਾਲੀ ਹੈਗੀ ਹੈ, ਇਹਨੇ ਉੱਥੇ ਪਤਾ ਲੱਗਿਆ ਕਿ ਆਪਦਾ ਕੋਈ ਛੋਟੀ ਉਮਰ ਦਾ ਕੋਈ ਸਰਟੀਫਿਕੇਟ ਪ੍ਰੋਡਿਊਸ ਕਰਾ ਕੇ ਤੇ ਜਿਹਦੇ ਚ ਇਹਨੇ ਨਾਬਾਲਗ ਉਹ ਮਾਮਲਾ ਤਸਦੀਕ ਕਰ ਲਿਆ। ਸਰ, ਇੱਕ ਵੇਖਿਆ ਗਿਆ ਕਿ ਹਾਲੇ ਕਿਲਚੇ ਦੇ ਵਿੱਚ ਕਾਫੀ ਤਸਕਰ ਹੈ ਜਿਹੜੇ ਨਸ਼ਾ ਤਸਕਰ ਕਾਫੀ ਕਰਦੇ ਨੇ, ਤੁਹਾਡੇ ਸਾਹਮਣੇ ਰਿਕਵਰੀ ਹੈ, ਉਹਦਾ ਨਤੀਜਾ ਤੁਹਾਡੇ ਸਾਹਮਣੇ ਪੁਲਿਸ ਕਾਰਵਾਈ ਕਰ ਰਹੀ ਹੈ। ਸਰ, ਇਹਦੇ ਜੇਲ੍ਹ ਦੇ ਅੰਦਰ ਲੈ ਕੇ ਵੀ ਤਲੋਬਾਰ ਸੀਗੇ ਜੀ, ਪਾਕਿਸਤਾਨ ਦੇ ਤਲੋਬਾਰ? ਇਹਦਾ ਇੱਕ ਜਿਹੜਾ ਸਹਿ ਦੋਸ਼ੀ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਹੈ, ਉਹ ਜੇਲ੍ਹ ਦੇ ਰਾਹੀਂ ਜਿਹੜਾ ਰੈਕਟ ਚਲਾ ਰਿਹਾ ਸੀਗਾ, ਪਾਕਿਸਤਾਨ ਦੇ ਸਮੁੰਦਰਾਂ ਨਾਲ ਇਹਨਾਂ ਦੇ ਸੰਬੰਧ ਨੇ, ਉਹਨਾਂ ਨਾਲ ਗੱਲਬਾਤ ਕਰਕੇ ਇਹ ਤਲੋਬਾਰ ਪਾਕਿਸਤਾਨ ਦੇ ਤਸਕਰਾਂ ਦਾ ਕੋਈ ਨਾਮ ਤੇ ਪਤਾ ਲੱਗਾ? ਨਾਮ ਬਾਰੇ ਵੈਰੀਫਾਈ ਕਰਨਾ। ਫਿਰੋਜ਼ਪੁਰ ਤੋਂ ਪੰਕਜ ਕੁਮਾਰ ਦੀ ਰਿਪੋਰਟ।